ਅਸਮੇ ਚ ਜਿਤਾਵਣ ਹੈ ਭਾਵੇਂ ਸਿਰ ਦੇ ਬਾਜ਼ੇ ਲੱਗ ਜਾਵੇ। ਅਸਾਂ ਮੋਦੀ ਨੂੰ ਹਰਾਵਣ ਹੈ ਭਾਵੇਂ ਸਿਰ ਦੇ ਬਾਜ਼ੇ ਲੱਗ ਜਾਵੇ। ਅਸਾਂ ਕੋਹਲੀ ਦੀ ਵਿਕਟ ਉਡਾਵਣੀ ਹੈ ਧੋਨੀ ਨੂੰ ਢੋਲ ਚਟਾਵਣੀ ਭਾਵੇਂ ਸਿਰ ਦੇ ਬਾਜ਼ੇ ਲੱਗ ਜਾਵੇ। ਓ ਵਾਹ ਜੀ ਵਾਹ, ਵਾਜਦ ਅਲੀ ਬਗਦਾਦੀ ਆਪਨੇ ਤੋ ਕਮਾਲ ਕਰ ਦਿਆ। ਇਸ ਗਾਣੇ ਪਰ ਮੈਂ ਬਹੁਤ ਹੀ ਖੁਸ਼ ਹੂੰ ਔਰ ਇਸਕੇ ਬਦਲੇ ਮੈਂ ਆਪਕੋ ਬਨੀਗਾਲਾ ਮੈਂ ਦੋ ਕਨਾਲ ਜ਼ਮੀਨ ਦੇਣੇ ਕੇ ਲੀਏ ਤਿਆਰ ਹੂੰ। ਤੋ ਆਪ ਮੁਝੇ ਆਪਣਾ ਵਟਸਐਪ ਨੰਬਰ ਸੈਂਡ ਕਰ ਦੇ ਤਾਂ ਕਿ ਮੈਂ ਆਪ ਸੇ ਰਾਬਤਾ ਕਰਕੇ ਆਪਕੀ ਜ਼ਮੀਨ ਨਾਮ ਕਰਾ ਸਕੂੰ। ਅਰੇ ਇਮਰਾਨ ਖਾਨ, ਆਪ ਬੱਚੋਂ ਵਾਲੀ ਬਾਤ ਕਰਤੇ ਹੋ? ਹਮਾਰੇ ਖਿਲਾੜੀਓ ਨੇ ਸ਼ੁੱਧ ਗੀ ਖਾਇਆ ਹੁਆ ਹੈ ਔਰ ਗਾਏ ਕਾ ਸ਼ੁੱਧ ਗੀ ਖਾਣੇ ਸੇ ਦਿਮਾਗ ਚਲਤਾ ਹੈ। ਤੋ ਆਪਣੀ ਟੀਮ ਕੋ ਸੰਭਾਲ ਕਰ ਰੱਖਣਾ ਔਰ ਯੇ ਜੋ ਸਿੰਗਰ ਹੈ ਇਸੇ ਤੋ ਮੈਂ ਦੇਖ ਲੂੰਗਾ, ਇਸਨੇ ਮੇਰੇ ਖਿਲਾਫ ਗਾਣਾ ਬਣਾਇਆ ਹੈ। ਮੋਦੀ ਸਾਹਿਬ, ਆਪ PM ਹੈ ਇਸ ਲਈ ਮੈਂ ਆਪਕੋ ਕੁਛ ਨਹੀਂ ਕਹਿ ਰਹਾ, ਲੇਕਿਨ ਗਾਣਾ ਤੋ ਮੇਰੀ ਆਦਤ ਹੈ, ਮੈਂ ਗਾਣਾ ਸੁਣਾਊਂਗਾ। ਅਸਾਂ ਮੈਚ ਜਿਤਾਵਣਾ ਹੈ ਭਾਵੇਂ ਸਿਰ ਦੇ ਬਾਜ਼ੇ ਲੱਗ ਜਾਵੇ। ਅਸਾਂ ਵਰਲਡ ਕੱਪ ਚਾਵਣਾ ਹੈ ਭਾਵੇਂ ਸਿਰ ਦੇ ਬਾਜ਼ੇ ਲੱਗ ਜਾਵੇ। ਅਸਾਂ ਮੋਦੀ ਨੂੰ ਹਰਾਵਣਾ ਹੈ ਭਾਵੇਂ ਸਿਰ ਦੇ ਬਾਜ਼ੇ ਲੱਗ ਜਾਵੇ। ਅਸਾਂ ਖਾਨ ਜਿਤਾਵਣਾ ਹੈ। ਮੋਦੀ ਮੋਦੀ ਮੋਦੀ।